ਕੀ ਤੁਸੀਂ ਕਦੇ afghanistan ਪ੍ਰਚਾਰ ਕਰਨ ਗਏ ਹੋ? ਹਾਂ। ਕਦੇ ਪਾਕਿਸਤਾਨ ਪ੍ਰਚਾਰ ਕਰਨ ਗਏ ਹੋ? ਬਲੂਚਿਸਤਾਨ ਪ੍ਰਚਾਰ ਕਰਨ ਗਏ ਹੋ? ਕੋਈ ਸੂਰਮਾ ਮੈਨੂੰ ਹੱਥ ਖੜਾ ਕਰਕੇ ਦੱਸਿਓ ਅੱਜ ਦੇ ਸਮੇਂ 'ਚ ਕਿਹੜਾ ਜਾ ਰਿਹਾ ਪਾਕਿਸਤਾਨ ਪ੍ਰਚਾਰਨ? ਪਾਕਿਸਤਾਨ ਇੱਕ ਗੁਰਦੁਆਰਾ ਜਿੰਨੇ ਸਾਹ ਅੱਜ ਤੱਕ ਅਸੀਂ ਫੋਲੇ ਉਹ ਸਿੱਖ ਰਹਿ ਹੈ ਹੀ। ਉਹ ਯਾਰ ਏ ਛੇਤਰਾਂ ਦੇ। ਸਿੱਖੀ ਬਦਨਾਮ ਉਦੋਂ ਹੋਏਗੀ ਜਦੋਂ ਇਹ ਸਿੱਖ ਰਹਿ ਜਾਣਗੇ ਉਹ ਸਿੱਖ ਹੀ ਨਹੀਂ ਹੈਗੇ। ਉਹੀ ਵੀ ਸਾਡਾ ਇਹੋ ਜਿਹਾ ਬੰਦਾ ਹੈਡ ਮੁਖੀ ਨਹੀਂ ਰਹਿ ਗਿਆ ਜਿਹਨੂੰ ਆਪਾਂ ਫਰਿਆਦ ਕਰੀਏ। ਤੋ ਸਾਡੀ ਸੁਣ ਲੇ ਇਹਨਾਂ ਨੇ ਚੋਲਿਆਂ ਨੂੰ ਬਦਨਾਮ ਕੀਤਾ ਇਹਨਾਂ ਨੇ ਬਾਣਿਆਂ ਨੂੰ ਬਦਨਾਮ ਕੀਤਾ ਸਾਡੇ ਡੋਨੇਸ਼ਨਾਂ ਦੇ ਸਿਰ ਤੇ ਇਹਨਾਂ ਨੇ ਐਸ਼ ਕੀਤੀ ਤੇ 76 ਵੀ ਇਹਨਾਂ ਨੂੰ ਅਹੀਂ ਪਿਆ ਅਹੀਂ ਕਹਦੇ ਨੇ ਜੀ ਸਿੱਖ ਧਰਮ ਨੂੰ ਚਿੱਟੀ ਸਿਉਂਖ ਆ ਗਈ ਤੂੰ ਇਹ ਕਾਪੀਓ ਸਿੱਖ ਹੈ ਹੀ ਨਹੀਂ ਇਹਨਾਂ ਦੇ ਘਰਾਂ 'ਚ ਚਾਤੀਆਂ ਮਾਰ ਲਓ ਸਭ ਤੋਂ ਵੱਧ ਰੋਮਾਂ ਦੀ ਬੇਦਬੀ ਆ ਕਾ ਬਿਲਕੁਲ ਫਰਕੋਟਾਂ 'ਚ ਜਾ ਕੇ ਜੱਜਾਂ ਮੁਰੇ ਇਦਾਂ ਕਰਦੇ ਜੀ ਗਲਤੀ ਹੋ ਗਈ ਜੀ ਮਾਫ ਕਰ ਦਿਓ ਨਹੀਂ ਕੌਮ ਨੂੰ ਚਤਦਾਰ ਮਿਲਿਆ ਹੀ ਨਹੀਂ ਹੁੰਦਾ ਕਦੇ ਕਾਲੀ ਫੂਲਾ ਸੰਦੇ ਵੇਲੇ ਆ ਕੰਮ ਹੁੰਦੇ ਬਿਲਕੁਲ ਨਹੀਂ ਬਾਬਾ ਹਨੂਮਾਨ ਸਿੰਘ ਦੇ ਵੇਲੇ ਕਦੇ ਆ ਕੰਮ ਹੁੰਦੇ ਜਿਹੜੇ ਪਾਊਡਰ ਜਿਹੜੇ ਬੀਬੀਆਂ ਨਹੀਂ ਲਾਉਂਦੀਆਂ ਉਹ ਵੀ ਲਾਉਂਦੇ ਦੁਆਨਾਂ ਤੋਂ ਪਹਿਲਾਂ ਚੈਨਲ ਆਪਾਂ ਨਵਾਂ ਬਣਾ ਲਿਆ ਹਨ ਹੂੰ ਤੇ ਵੀਡੀਓ ਵੀ ਅਸੀਂ ਵੱਖ-ਵੱਖਰੀਆਂ ਪਾਉਣ ਲੱਪੇ ਬਿਲਕੁਲ ਮੈਨੂੰ ਇਹ ਹੁੰਦਾ ਵੀ ਜਦੋਂ ਤੁਸੀਂ ਬਾਬੇ ਵਾਲੀ ਵੀਡੀਓ ਪਾ ਦਿੰਦੇ ਹੁਣ ਉਹ ਚੱਲ ਜੇ ਲੱਖਾਂ ਦੇ ਵਿੱਚ ਅੱਛਾ ਠੀਕ ਆ ਪਤਾ ਨਹੀਂ ਵੀ ਉਹਨੂੰ ਕੀ ਉਹਨੂੰ ਗੋਲੀ ਲੱਗ ਜਾਂਦੀ ਆ ਵੀ ਉਹਦੇ ਪਿੱਛੇ ਰਾਗੜ ਲੱਗ ਜਾਂਦਾ ਉਹ ਲੱਖਾਂ ਦੇ ਵਿੱਚ ਵਿਊ ਜਾਂਦੇ ਕਦੇ ਥੱਲੇ ਕਦੇ ਕਮੈਂਟ ਕਮੈਂਡ ਪੜਦੇ ਹੋ ਕਿ ਨਹੀਂ ਪੜਦੇ ਨਹੀਂ ਨਹੀਂ ਪੜਦਾ ਭਾਜੀ ਪੜ ਲਿਆ ਕਰੋ ਮੇਰੀ ਆਤ ਨਹੀਂ ਹੈਗੀ ਮੈਂ ਜਦੋਂ ਵੀਡੀਓ ਅਪਲੋਡ ਕਰ ਦਿੰਦਾ ਉਸ ਤੋਂ ਬਾਅਦ ਮੈਂ ਉਹ ਵੀਡੀਓ ਨੂੰ ਕਦੇ ਨਹੀਂ ਦੇਖਦਾ ਕਿਸੇ ਕਮੈਂਟ ਦਾ ਜੇ ਰਿਪਲਾਈ ਕੋਈ ਦੇ ਦੇ ਤੋ ਮੇਰੀ ਜਿਹੜੀ ਟੀਮ ਆ ਉਹਦੇ ਵੱਲੋਂ ਕਿਤੇ ਦੇ ਦਿੱਤਾ ਜਾਏ ਤੇ ਦੇ ਦਿੱਤਾ ਜਾਏ ਮੈਂ ਕਦੇ ਨਹੀਂ ਦੇਖਿਆ ਭਾਜੀ ਫਿਰ ਮੈਨੂੰ ਵੀ ਫੋਨ ਆਉਂਦੇ ਹਨ ਕਿ ਮੇਰੀ ਗੱਲ ਕਰਾਓ ਜੀ ਉਹ ਦੂਜਾ ਬੰਦਾ ਕੌਣ ਹੀ ਤੇ ਉਹ ਕਮੈਂਟ ਦੇ ਵਿੱਚ ਕਹਿੰਦੇ ਜੀ ਸਿੱਖੀ ਬਦਨਾਮ ਕਰ ਰਿਹਾ ਇਹ ਬਾਗ ਬਾਗ ਮੈਂ ਸਾਰੇ ਜਵਾਬ ਦੇਣਾ ਹਾਂ ਦੇਖੋ ਜਿਹੜੀ ਗੱਲ ਕਰਦੇ ਆ ਜੀ ਸਿੱਖੀ ਨੂੰ ਬਦਨਾਮ ਕਰ ਰਹੇ ਆ ਅੱਛਾ ਜੀ ਪਹਿਲਾ ਨੰਬਰ ਤੇ ਉਹ ਸਿੱਖ ਹੈ ਹੀ ਨਹੀਂ ਬਿਲਕੁਲ ਜਿੰਨੇ ਸਾਧ ਅੱਜ ਤੱਕ ਅਸੀਂ ਫੋਲੇ ਉਹ ਸਿੱਖ ਤੇ ਹੈ ਹੀ ਨਹੀਂ ਬਿਲਕੁਲ ਉਹ ਯਾਰ ਛੇਤਰਾਂ ਦੇ ਬਿਲਕੁਲ ਸਿੱਧੀ ਸਪਸ਼ਟ ਗੱਲ ਕਹੂੰਗਾ ਗੁੱਸਾ ਲੋਕਾਂ ਨੂੰ ਬੜਾ ਲੱਗਦਾ ਮੇਰੀਆਂ ਗੱਲਾਂ ਦਾ ਦੇਖੋ ਗੁਰੂ ਸਾਹਿਬ ਦਾ ਇਹ ਮਾਰਗ ਨਹੀਂ ਜਿਹੜਾ ਇਹਨਾਂ ਨੇ ਬਣਾ ਲਿਆ ਇਹਨਾਂ ਨੇ ਦੁਨੀਆ ਨੂੰ ਲੁੱਟ ਕੇ ਭਰਮ ਭਲੇਖੇ ਚ ਪਾ ਕੇ ਦੇਖੋ ਆਪ ਆਪਣੇ ਮੂੰਹੋਂ ਕਹਿੰਦੇ ਆ ਕਿ ਮਾਇਆ ਦਾ ਲੋਭ ਨਾ ਕਰੋ ਮਾਇਆ ਦੇ ਪਿੱਛੇ ਨਾ ਕਰੋ ਇਹ ਜਿਹੜੀਆਂ ਚੀਜ਼ਾਂ ਵਸਤਾਂ ਦੇ ਗੱਡੀਆਂ ਕਾਰਾਂ ਤੇ ਪ੍ਰਾਪਰਟੀਆਂ ਕੋਠੀਆਂ ਦਾ ਮੂਹਰ ਲਾਦ ਦਾ ਮੂੰਹ ਛੱਡ ਦਿਓ ਅੱਛਾ ਜੀ ਮੈਂ ਕਹਿੰਦਾ ਕਿਸੇ ਇੱਕ ਚੀਜ਼ ਤੋਂ ਬਾਹਰ ਹੋ ਜਾਣ ਬਿਲਕੁਲ ਗੱਡੀਆਂ ਦਾ ਮੂੰਹ ਇਹਨਾਂ ਨੂੰ ਫਰਚਰ ਤੋਂ ਬਿਨਾ ਇਹਨਾਂ ਨੂੰ ਬਾਹਰ ਅੰਦਰ ਨਹੀਂ ਜਾ ਸਕਦੇ ਠੀਕ ਹੈ ਲਗਜ਼ਰੀ ਕੋਠੀਆਂ ਬਿਲਕੁਲ ਏਸੀ 에ਅਰ ਕੰਡੀਸ਼ਨ ਸਾਰਾ ਕੁਝ ਲੱਗਿਆ ਹੋਇਆ ਇਹਨਾਂ ਤੇ ਹਾਂ ਔਲਾਦ ਦਾ ਮੂੰਹ ਸਭ ਤੋਂ ਵੱਧ ਇਹਨਾਂ ਨੂੰ ਹਾਂ ਜਿੰਨੀ ਪ੍ਰਾਪਰਟੀ ਬਣਾਉਂਦੇ ਆਪਣੇ ਔਲਾਦ ਕਰਕੇ ਬਣਾਉਂਦੇ ਆ ਸਭ ਤੋਂ ਵੱਧ ਕੌਮ ਦਾ ਨੁਕਸਾਨ ਹੀ ਇਹਨਾਂ ਨੇ ਕੀਤਾ ਜਿਹੜੇ ਅਸੀਂ ਅੱਜ ਤੱਕ ਐਕਸਪੋਜ਼ ਕੀਤੇ ਆ ਔਰ ਅੱਗੇ ਵੀ ਕਰਦੇ ਰਵਾਂਗੇ ਸਿੱਖੀ ਬਦਨਾਮ ਉਦੋਂ ਹੋਏਗੀ ਜਦੋਂ ਇਹ ਸਿੱਖ ਰਹਿ ਜਾਣਗੇ ਉਹ ਸਿੱਖ ਹੀ ਨਹੀਂ ਹੈਗੇ ਜਦੋਂ ਉਹਨੇ ਸਿੱਖੀ ਦਾ ਘਾਣ ਕੀਤਾ ਤਾਂ ਹੀ ਸਾਨੂੰ ਬੋਲਣ ਦਾ ਮੌਕਾ ਮਿਲਿਆ ਬਿਲਕੁਲ ਜੇ ਅੱਛਾ ਇਹ ਆਪਾਂ ਵੀਡੀਓ ਕਿਉਂ ਬਣਾਉਨੇ ਆ ਅਸੀਂ ਤਾਂ ਬਣਾਉਨੇ ਆ ਕਿ ਪਹਿਲਾ ਨੰਬਰ ਤੇ ਜਿਹੜੇ ਸਾਡੇ ਜਥੇਦਾਰ ਸੁੱਤੇ ਨੇ ਹਾਂ ਗੁਣੀ ਨੀਂਦਰ ਸੌਂਗੇ ਆ ਉਹਨਾਂ ਨੂੰ ਤੇ ਹੁਣ ਮਤਲਬ ਮੇਰੇ ਬਹੁਤ ਕੁਝ ਮਨ ਕਰਦਾ ਕਹਿਣ ਨੂੰ ਕੁਝ ਕੁ ਹੱਦਾਂ ਵੱਜੀਆਂ ਹੋਈਆਂ ਨੇ ਬੋਲ ਨਹੀਂ ਸਕਦੇ ਆਪਾਂ ਬਿਲਕੁਲ ਆਪਾਂ ਨੂੰ ਮਰਿਆਦਾ ਚ ਰਹਿਣਾ ਪੈਂਦਾ ਆਪਾਂ ਉਹਨਾਂ ਨੂੰ ਬੜੀ ਵਾਰ ਬੇਨਤੀਆਂ ਕਰ ਚੁੱਕੇ ਵੀਡੀਓ ਦੇ ਜ਼ਰੀਏ ਕਰ ਚੁੱਕੇ ਚਿੱਠੀਆਂ ਲੇਖ ਲੇਖ ਕੇ ਪਾਲੀਆਂ ਮੇਲਾ ਪਾਲੀਆਂ ਸਾਰਾ ਕੁਝ ਕਰ ਲਿਆ ਪਰ ਉਹ ਕੋਈ ਕੋਈ ਐਕਸ਼ਨ ਨਹੀਂ ਲੈ ਰਹੇ ਹੁਣ ਵੀਡੀਓ ਬਣਾਉਣ ਦਾ ਮਕਸਦ ਇਹ ਹੋਈ ਆ ਕਿ ਲੋਕਾਂ ਨੂੰ ਆਪ ਹੀ ਪਤਾ ਲੱਗ ਜੇ ਕਿਉਂਕਿ ਸਾਡੀ ਕੌਮ ਦਾ ਹੁਣ ਵਾਲੀ ਵਾਰਸ ਨਹੀਂ ਰਹਿ ਗਿਆ ਕੋਈ ਵੀ ਸਾਡਾ ਇਹੋ ਜਿਹਾ ਬੰਦਾ ਹੈਡ ਮੁਖੀ ਨਹੀਂ ਰਹਿ ਗਿਆ ਜਿਹਨੂੰ ਆਪਾਂ ਫਰਿਆਦ ਕਰੀਏ ਤੇ ਉਹ ਸਾਡੀ ਸੁਣ ਲੇ ਹੁਣ ਜਨਤਾ ਜਿਹੜੀ ਸੰਗਤ ਆ ਉਹ ਆਪ ਹੀ ਫੈਸਲਾ ਕਰੂਗੀ ਆਪੇ ਹੀ ਉਹਨਾਂ ਨੇ ਕਰਨਾ ਆਪੇ ਇਹਨਾਂ ਨੂੰ ਫਾਈਨੈਂਸ਼ਲੀ ਡਾਊਨ ਕਰਨਾ ਇਸ ਕਰਕੇ ਆਪਾਂ ਵੀਡੀਓ ਪਾਉਂਦੇ ਆ ਸਿੱਖੀ ਨੂੰ ਭੰਡਣ ਕਰਕੇ ਨਹੀਂ ਕਰਦੇ ਅਸੀਂ ਇਸੇ ਕਰਕੇ ਜਿਹੜਾ ਕੋਸ਼ਿਸ਼ ਚੈਨਲ ਬਣਾਇਆ ਉਦੇ ਚ ਆਪਾਂ ਪ੍ਰੋਪਰ ਸਿੱਖ ਇਤਿਹਾਸ ਦੀ ਗੱਲ ਕਰਦੇ ਆ ਗੁਰੂ ਮਰਿਆਦਾ ਦੀ ਗੱਲ ਕਰਦੇ ਆ ਸਿੱਖੀ ਦੇ ਜਿਹੜੇ ਖਾਲਸੇ ਜਿਹੜੇ ਯੋਧੇ ਹੋਏ ਆ ਆਪਾਂ ਉਹਨਾਂ ਦੀ ਗੱਲ ਕਰਦੇ ਆ ਜੇ ਆ ਸਾਨੂੰ ਸਾਡਾ ਮਕਸਦ ਹੋਏ ਬਦਨਾਮ ਕਰਨਾ ਫਿਰ ਆਪਾਂ ਇੱਕ ਵੱਖਰਾ ਚੈਨਲ ਬਣਾ ਕੇ ਆਪਾਂ ਕਿਉਂ ਪ੍ਰਚਾਰ ਕਰੀਏ ਐਈ ਉਹੀ ਗੱਲ ਕਰਦੇ ਇਸੇ ਕਰਕੇ ਪ੍ਰਚਾਰ ਕਰਕੇ ਹੁਣ ਮੇਰੀ ਮੇਰੀ ਸਟੱਡੀ ਹੋ ਸਕਦਾ ਘੱਟ ਹੋਏ ਤੁਹਾਡੀ ਸਟੱਡੀ ਬਹੁਤ ਜ਼ਿਆਦਾ ਤੁਸੀਂ ਬਹੁਤ ਜ਼ਿਆਦਾ ਪੜ੍ਹੇ ਲਿਖੇ ਹੋ ਠੀਕ ਹੈ ਇਸੇ ਕਰਕੇ ਉਹਦੇ ਮੇਨ ਹੈਡ ਤੁਸੀਂ ਤੁਸੀਂ ਇਸ ਚੀਜ਼ ਦਾ ਪ੍ਰਚਾਰ ਕਰ ਰਹੇ ਹੋ ਇਸੇ ਕਰਕੇ ਕੀਤਾ ਜਾ ਰਿਹਾ ਕਿ ਸਿੱਖੀ ਨੂੰ ਕਿਤੇ ਵੀ ਸਾਡੀਆਂ ਵੀਡੀਓ ਦੇ ਜਰੀਏ ਕੋਈ ਬੰਦਾ ਜਿਹੜਾ 네ਗੇਟਿਵ ਨਾ ਹੋਵੇ ਹਾਂ ਠੀਕ ਹੈ ਇਹਦੇ ਚ 네ਗੇਟਿਵ ਹੋਣਾ ਨਹੀਂ ਚਾਹੀਦਾ ਅਸੀਂ ਡੋਨੇਸ਼ਨ ਦੇ ਰਹੇ ਹਾਂ ਇਹਨਾਂ ਸਾਧਾ ਨੂੰ ਇਹਨਾਂ ਸਾਧਾ ਨੂੰ ਇਹਨਾਂ ਨੇ ਚੋਲਿਆਂ ਨੂੰ ਬਦਨਾਮ ਕੀਤਾ ਇਹਨਾਂ ਨੇ ਬਾਣਿਆਂ ਨੂੰ ਬਦਨਾਮ ਕੀਤਾ ਸਾਡੇ ਡੋਨੇਸ਼ਨਾਂ ਦੇ ਸਿਰ ਤੇ ਇਹਨਾਂ ਨੇ ਐਸ਼ ਕੀਤੀ ਹੈ ਹਾਂ ਤੇ 76 ਵੀ ਇਹਨਾਂ ਨੂੰ ਅਸੀਂ ਫੇਰਨਾ ਹਾਂ ਸਿੱਧੀ ਜੀ ਗੱਲ ਆ ਉਹੀ ਗੱਲ ਆ ਗਈ ਨਾ ਵੀ ਆਪਾਂ ਬੈਠੇ ਗੱਲ ਕਰਦੇ ਸੀ ਵੀ ਜਿਹੜੇ ਬੰਦੇ ਨੇ ਗਲਤ ਕੰਮ ਕਰ ਲਿਆ ਧਰਮ ਨੇ ਤੇ ਨਹੀਂ ਨਾ ਸਿਖਾਇਆ ਪੀ ਉਹਨੇ ਆ ਬਿਲਕੁਲ ਨਹੀਂ ਸਿਖਾਇਆ ਜੀ ਕਿਦਾਂ ਅਸੀਂ ਕਹਦੇ ਨੇ ਜੀ ਸਿੱਖ ਤਾਂ ਰਮ ਨੂੰ ਚਿੱਟੀ ਸਿਉਂ ਖਾ ਲੀ ਤੂੰ ਇਹ ਕੋਪੀ ਉਹ ਸਿੱਖ ਹੈ ਹੀ ਨਹੀਂ ਜਦੋਂ ਉਹਨੇ ਗਲਤ ਕੰਮ ਕਰ ਲਿਆ ਉਹਦਾ ਨਾਤਾ ਧਰਮ ਦੇ ਨਾਲ ਉਹਦੋਂ ਹੀ ਟੁੱਟ ਗਿਆ ਉਹ ਸਿੱਖ ਤੇ ਰਿਹਾ ਹੀ ਨਹੀਂ ਸਿੱਖ ਦਾ ਮਤਲਬ ਕੀ ਆ ਸਿੱਖਣ ਵਾਲਾ ਹਨਾ ਮੈਂ ਕਿਹਾ ਤੁਸੀਂ ਇਹਨਾਂ ਦੀਆਂ ਗੱਲਾਂ ਸੁਣ ਲਓ ਇਹਨਾਂ ਨੇ ਦਸਤਾਰ ਦੀ ਦੱਸਣਗੇ ਦਾੜੇ ਬਾਰੇ ਦੱਸਣਗੇ ਠੀਕ ਹੈ ਦਿਵਾਨਾ ਚ ਕਹਿਣਗੇ ਬੀਬੀਆਂ ਨੂੰ ਕਿ ਰੂਮਾਂ ਦੀ ਬੇਦਬੀ ਨਾ ਕਰੋ ਬੇਟ ਪਟਕੇ ਮਰ ਜਾਂਦੇ ਆ ਇਹਨਾਂ ਦੇ ਘਰਾਂ ਚ ਝਾਤੀਆਂ ਮਾਰ ਲੋ ਸਭ ਤੋਂ ਵੱਧ ਰੂਮਾਂ ਦੀ ਬੇਦਬੀ ਆ ਕਰਦੇ ਬਿਲਕੁਲ ਠੀਕ ਹੈ ਫਿਰ ਭਾਜੀ ਇਹਨਾਂ ਦੇ ਪੱਕੇ ਫੈਨ ਬੜੇ ਆ ਕੁਛ ਕਹਿਣ ਨਹੀਂ ਦੇਣਾ ਗੁਰਬਾਣੀ ਪੜ੍ਹਨੀ ਨਹੀਂ ਬਾਬਾ ਕਹੇਗਾ ਨਾ ਹੁਣ ਮੈਂ ਤੁਹਾਨੂੰ ਦੱਸਦਾ ਮੈਂ ਨਾ ਤੇ ਮਤਲਬ ਜਪਜੀ ਸਾਹਿਬ ਦੀ ਵਿਆਖਿਆ ਮੈਂ ਰਾਏ ਕਿ ਆਪ ਵੀ ਮੈਂ ਪੜਾਂ ਤੇ ਮੈਂ ਨਾਲ ਵੀਡੀਓ ਵੀ ਮਤਲਬ ਤੇ ਦੋ ਤੋਂ ਤਿੰਨ ਪੰਕਤੀਆਂ ਜਿੰਨੀਆਂ ਕਿ ਮਤਲਬ ਹੋ ਸਕਣ ਸਹੀ ਤਰੀਕੇ ਦੇ ਨਾਲ ਉਹਦੀ ਮੈਂ ਵੀਡੀਓ ਬਣਾ ਕੇ ਪਾਵਾਂ ਹੁਣ ਭਾਜੀ ਜਪਜੀ ਸਾਹਿਬ ਆਪਾ ਰੋਜ਼ ਸਿੱਧਾ ਤੇ ਪੜ੍ਹਦੇ ਸੀ ਹਣਾ ਜੇ ਉਹਦੇ ਅਰਥ ਕਰੀਏ ਨਾ ਤੇ ਉਹ ਬਾਬੇ ਨੇ ਪਹਿਲੀਆਂ ਪੰਕਤੀਆਂ 'ਚ ਹੀ ਗੱਲ ਕਹਿ ਦਿੱਤੀ ਹੁਣ ਇਹ ਕਹਿ ਦਿੰਦੇ ਆ ਜੀ ਮਤਲਬ ਵੀ ਮੂਹ ਨਾ ਕਰੋ ਹਣਾ ਲਾਲਚ ਨਾ ਕਰੋ ਤੇ ਬਾਬਾ ਕੀ ਕਹਿੰਦਾ ਭੁੱਖਿਆਂ ਭੋਖਣਾ ਉਤਰੀ ਜੇ ਬੰਨਾਪੁਰੀਆ ਭਾ ਵੀ ਸਾਰੀ ਦੁਨੀਆ ਦੇ ਤੂੰ ਪਦਾਰਥਾਂ ਦਾ ਢੇਰ ਲਾ ਲਾ ਜੇ ਤੇਰੇ ਮਨ 'ਚ ਫੇਰ ਲਾਲਚ ਆ ਤੇ ਤੇਰੀ ਭੁੱਖ ਨਹੀਂ ਜਾਣੀ ਇਹ ਗੱਲਾਂ ਕਰ ਦਿੰਦੇ ਆ ਵੀ ਰੱਬ ਨੂੰ ਰੱਬ ਦੀ ਰਜਾ 'ਚ ਰੋ ਤੇ ਰੱਬ ਇਦਾਂ ਮਿਲੂ ਜੀ ਉਹ ਮਿਲੂ ਆਪ ਇਹਨਾਂ ਨੂੰ ਨਹੀਂ ਮਿਲਿਆ ਤੇ ਬਾਬਾ ਨਾਨਕ ਕੀ ਕਹਿੰਦਾ ਕਿ ਜੇ ਪਰਮਾਤਮਾ ਦੇ ਨਾਲੋਂ ਤੂੰ ਰੱਬ ਦੇ ਨਾਲੋਂ فاਸਲਾ ਘਟਾਉਣਾ ਤੇ ਉਹਦੀ ਰਜਾ ਦੇ ਵਿੱਚ ਤੁਰ ਬਾਬਾ ਨਾਨਕ ਤੇ ਤੁਹਾਨੂੰ ਪਹਿਲਾਂ ਹੀ ਗੱਲਾਂ ਦੱਸ ਗਿਆ ਸਾਰੀਆਂ ਦੱਸ ਗਿਆ ਜਿਹੜੀ ਰਜਾ ਦੀ ਗੱਲ ਕਰਦੇ ਆ ਹਨਾ ਕਿ ਮਾ ਰੱਬ ਦੀ ਰਜਾ ਚਰੋ ਇਹ ਆਪ ਇਹ ਜਿਹੜੇ ਸਾਧ ਨੇ ਇਹ ਆਪਕ ਦੇ ਰਜਾ ਚ ਰਹਿੰਦੇ ਇਹਨਾਂ ਤੇ ਇਡੜੀਆਂ ਵੱਡੀਆਂ ਵਿਵਤਾ ਆਉਂਦੀ ਹੈ ਤੇ ਕਿੱਦਾਂ ਲੀਡਰਾਂ ਦੇ ਮਗਰ ਤੋੜਦੇ ਆ ਯਾਰੀਆਂ ਹੀ ਉਹਨਾਂ ਨਾਲੇ ਜਿਹੜੇ ਸਿੱਖੀ ਦੇ ਘਾਤਕ ਨੇ ਜਿੰਨਾ ਸਿੱਖੀ ਦਾ ਨੁਕਸਾਨ ਕੀਤਾ ਫਿਰ ਮਾਫੀਆਂ ਮੰਗਦੇ ਆ ਖਰ ਕੋਟਾਂ ਚ ਜਾ ਕੇ ਜੱਜਾਂ ਮੁਰ ਇਦਾਂ ਕਰਦੇ ਜੀ ਗਲਤੀ ਹੋ ਗਈ ਜੀ ਮਾਫ ਕਰ ਦਿਓ ਜੀ ਇੱਕ ਵਾਰੀ ਬਖਸ਼ ਦਿਓ ਜੀ ਇਹ ਤੁਸੀਂ ਕਹਦੇ ਆ ਆਪਣੇ ਆਪਣੇ ਰੱਬ ਖਾਉਂਦੇ ਹੋ ਰੱਬ ਤੇ ਉਹ ਫਿਰ ਜਿਹੜੇ ਪੜ੍ਹ ਲਿਖ ਕੇ ਤੁਹਾਡੇ ਤੇ ਉੱਤੇ ਜਾ ਕੇ ਬਹਿ ਗਿਆ ਹਾਂ ਠੀਕ ਹੈ ਬਿਲਕੁਲ ਉਹਨੂੰ ਉਹਨੂੰ ਗੁਰੂ ਸਾਹਿਬ ਤੇ ਭਰੋਸਾ ਹੋਏਗਾ ਉਹਨੇ ਮਿਹਨਤ ਕੀਤੀ ਉਹਨੇ ਮਾਰੇ ਤੇ ਭਰੋਸਾ ਕੀਤਾ ਅਰਦਾਸਾਂ ਕੀਤੀਆਂ ਉਹ ਜੱਜ ਬਣ ਕੇ ਬਹਿ ਗਿਆ ਜਾਂ ਬਹਿ ਗਈ ਠੀਕ ਹੈ ਤੇ ਤੁਸੀਂ ਬਾਣੀ ਦਾ ਨਰਾਦਰ ਕੀਤਾ ਉਹ ਗੁਰੂ ਸਾਹਿਬ ਦੇ ਬਚਨ ਨਹੀਂ ਮੰਨੇ ਤੇ ਤੁਹਾਨੂੰ ਅੱਗੇ ਆਉਂ ਹੱਥ ਜੋੜਨੇ ਪਏ ਬਿਲਕੁਲ ਉਹ ਕੱਲ ਪਾਜੀ ਉਹ ਕੱਲ ਇਟਲੀ ਚ ਇੱਕ ਵੀਡੀਓ ਵਾਇਰਲ ਹੋਈ ਹਾਂ ਚਲੋ ਫਿਰ ਕਦੇ ਆਉਂਦਾ ਵੀ ਨਹੀਂ ਗੱਲ ਕਰਨੀ ਪਰ ਇਹ ਇਹਨਾਂ ਲੋਕਾਂ ਬਾਰੇ ਦੱਸਣਾ ਜ਼ਰੂਰੀ ਹੈ ਕਿ ਇਹਨਾਂ ਨੂੰ ਤੁਸੀਂ ਸਿੱਖ ਕੌਮ 'ਚ ਗਿਣਿਆ ਨਾ ਕਰੋ ਬਿਲਕੁਲ ਨਹੀਂ ਬਿਲਕੁਲ ਜੁੱਤੀ ਦੇ ਯਾਰ ਆ ਮੈਂ ਸਿੱਧੀ ਗੱਲ ਕਹਿਣਾ ਜਿਹੜੇ ਪਖੰਡੀ ਸਾਧ ਨੇ ਨਾ ਬੜਿਆਂ ਨੂੰ ਦੁੱਖ ਲੱਗਦਾ ਇਸ ਗੱਲ ਦਾ ਪਰ ਸਾਧ ਵੀ ਇਹਨਾਂ ਨੂੰ ਨਹੀਂ ਕਹਿਣਾ ਚਾਹੀਦਾ ਸਾਧ ਤਾਂ ਤੇ ਹੈ ਇਹ ਪਖੰਡੀ ਆ ਇਹ ਬਾਬੇ ਵੀ ਨਹੀਂ ਇਹ ਪਖੰਡੀ ਗੰਦੇ ਇਹਨਾਂ ਨੂੰ ਜੁੱਤੀ ਦੇ ਯਾਰ ਨੇ ਪਰ ਭਾਜੀ ਅੱਗੇ ਸਮਾ ਆ ਜਾਣਾ ਗੁਰੂ ਸਾਹਿਬ ਨੇ ਕਿਰਪਾ ਕਰਨੀ ਹੈ ਬਹੁਤ ਜਲਦੀ ਸਮਾ ਆ ਜਾਣਾ ਇਹ ਹਜੇ ਤੇ ਆਪਾਂ ਵੀਡੀਓ ਜਰੀਏ ਸਮਝਾ ਰਹੇ ਲੋਕਾਂ ਨੂੰ ਦੱਸ ਰਹੇ ਹਾਂ ਨਾ ਇਹਨਾਂ ਨੂੰ ਛਤਰ ਪੈਣੇ ਚਾਲੂ ਹੋ ਜਾਣੇ ਲੋਕਾਂ ਨੇ ਘੇਰ ਕਰਕੇ ਇਹਨਾਂ ਦੇ ਬੂਥੇ ਕਾਲੇ ਕਰਨੇ ਤੇ ਜੁੱਤੀਆਂ ਦੇ ਹਾਰ ਇਹਨਾਂ ਦੇ ਗਲਾਂ 'ਚ ਪਾਉਣੇ ਤੇ ਮਾਰਨੀਆਂ ਵੀ ਇਹਨਾਂ ਦੇ ਜੋ ਇਹਨਾਂ ਦੇ ਹਾਲਾਤ ਅੱਜ ਦੀ ਰੇਡ 'ਚ ਬਣਦੇ ਜਾ ਰਹੇ ਆ ਇਟਰੀ ਦੀ ਵੀਡੀਓ ਜਿਹੜੀ ਤੁਸੀਂ ਦੱਸ ਰਹੇ ਸੀ ਹਾਂ ਉਹ 'ਚ ਦੇਖੋ ਮਰਦ ਦਾ ਸਰੂਪ ਪਿਆ ਉੱਥੇ ਕੋਈ ਚੋਰ ਸਾਭ ਨਹੀਂ ਕਰਨਾ ਵਿਚ ਦੇ ਕੰਡੇ ਗੋਰੇ ਇਦਾਂ ਹੀ ਤੁਰੇ ਫਿਰਦੇ ਆ ਠੀਕ ਹੈ ਤਾਂ ਉੱਥੇ ਇੱਕ ਬਾਬਾ ਬਾਣਾ ਭਾਈ ਤੁਰਿਆ ਫਿਰਦਾ ਉੱਥੇ ਦੱਸ ਕਿ ਤੈਨੂੰ ਤੂੰ ਮਰ ਜਾ ਤੇਰਾ ਰਹਿ ਗੱਖਣਾ ਇਤਨੀ ਸ਼ਰਮ ਨਹੀਂ ਹੁੰਦੀ ਫੇਰ ਵੀ ਕਿ ਤੇਰੀ ਜ਼ਿੰਮੇਵਾਰੀ ਆ ਕਹਿ ਰਹੀ ਜ਼ਿੰਮੇਵਾਰੀ ਕਿ ਤੇਰੀ ਜ਼ਿੰਮੇਵਾਰੀ ਬਸ ਅਸਮਾਇਆ ਚੁਕਣੀ ਆ ਜ਼ਿੰਮੇਵਾਰੀਆਂ ਨਹੀਂ ਨਾ ਆਪਾਂ ਸਮਝਦੇ ਭਾਜੀ ਇਹੋ ਹੀ ਤੇ ਸਿਆਪਾ ਇਹੋ ਹੀ ਸਾਰਾ ਮਸਲਾ ਪਤਾ ਕੀ ਚੱਕਰ ਆ ਮੈਂ ਕਦੇ ਕਦੇ ਸੋਚਦਾ ਹੁੰਨਾ ਵੀ ਵਾਕਿਆ ਤੁਹਾਡੀ ਗੱਲ ਠੀਕ ਆ ਕੌਮ ਨੂੰ ਜਥੇਦਾਰ ਮਿਲਿਆ ਹੀ ਨਹੀਂ ਉਹਦਾਂ ਕਦੇ ਕਾਲੀ ਫੂਲਾ ਸਿੰਘ ਦੇ ਵੇਲੇ ਆ ਕੰਮ ਹੁੰਦੇ ਬਿਲਕੁਲ ਨਹੀਂ ਹੁੰਦੇ ਬਾਬਾ ਹਨੂਮਨ ਸਿੰਘ ਦੇ ਵੇਲੇ ਕਦੇ ਆ ਕੰਮ ਹੁੰਦੇ ਮੈਂ ਕਿਹਾ ਜਥੇਦਾਰਾਂ ਨੇ ਭਾਜੀ ਮੈਂ ਕੀ ਦੱਸਾਂ ਜਥੇਦਾਰਾਂ ਨੇ ਆਪਣੀਆਂ ਕਮੇਟੀਆਂ ਬਣਾਈਆਂ ਜਿਹੜੇ ਦੋਸ਼ੀ ਕੋਲ ਜਾਂਦੇ ਉੱਥੇ ਸਰੋਪੇ ਪਾ ਕੇ ਆਉਂਦੇ ਆ ਦੱਸੋ ਸਿੱਖ ਅਸਲ ਦੇ ਵਿੱਚ ਉਹੀ ਆ ਜਿਹੜਾ ਗੁਰਬਾਣੀ ਨੂੰ ਸਿੱਖਦਾ ਧਰਮ ਦੇ ਰਾਹ ਤੇ ਕਿੱਦਾਂ ਚੱਲਣਾ ਕਿਵੇਂ ਕਿਰਤ ਕਰਨੀ ਆ ਬਾਬੇ ਨਾਨਕ ਦਾ ਜਿਹੜਾ ਪਹਿਲਾ ਉਪਦੇਸ਼ ਆ ਕਿਰਤ ਕਰੋ ਵੰਡ ਛਕੋ ਨਾਮ ਜਪੋ ਉਹ ਕਿੱਦਾਂ ਕਰਨਾ ਉਹਨੂੰ ਸਿੱਖਦਾ ਉਹ ਸਿੱਖਿਆ ਗਰੀਬ ਗੁਰਬੇ ਦੀ ਬਾਹ ਫੜਦਾ ਠੀਕ ਆ ਜ਼ੁਲਮ ਦੇ ਖਿਲਾਫ ਖੜਾ ਹੁੰਦਾ ਉਹ ਸਿੱਖਿਆ ਐਵੈਲੂਏਸ਼ਨ ਹੀ ਹੋਈ ਹੈ ਨਾ ਪਹਿਲੇ ਗੁਰੂ ਸਾਹਿਬ ਨੇ ਉਹ ਸਿੱਖਿਆ ਦਿੱਤੀ ਚੱਲਦੀ ਚੱਲਦੀ 10ਵੇਂ ਪਾਸ਼ਾ ਤੱਕ ਉਹ ਸਿੱਖਿਆ ਆਈ ਤੇ ਇਹੋ ਹੀ ਸਿੱਖਾ ਇਹ ਜਿਹੜੇ ਬੰਦੇ ਆ ਇਹਨਾਂ ਦੀ ਲੋ ਮੈਂ ਕਹਿੰਦਾ ਇਹਨਾਂ ਦੀ ਲੋੜ ਹੀ ਨਹੀਂ ਜੇ ਕਿ ਸੰਤ ਨੂੰ ਵੇਖਣਾ ਨਾ ਸਾਧ ਨੂੰ ਤੇ ਭਾਜੀ ਉਹ ਸਾਧ ਇਦਾਂ ਮਤਲਬ ਝੋਲਿਆਂ ਦੇ ਨਾਲ ਉਹ ਆਪਣੀਆਂ ਪੱਗਾਂ ਦੇ ਨਾਲ ਨਾਲ ਜੁੱਤੀਆਂ ਨਹੀਂ ਮੈਚ ਕਰਦਾ ਹੋਊਗਾ ਉਹ ਚੱਪਲਾਂ ਪਾ ਕੇ ਉਹ ਸਿਆਲ ਦੇ ਵਿੱਚ ਵੀ ਨੰਗੇ ਪੈਰੀ ਤੁਰਦਾ ਹੋਊਗਾ ਉਹ ਸੰਤ ਆ ਇੱਥੇ ਇਹਨਾਂ ਦਾ ਇੰਨਾ ਬੇੜਾ ਕਰਕੇ ਆ ਨਾ ਮੇਕਅਪ ਫੈਸ਼ਨ ਠੀਕ ਹੈ ਉਹ ਜਿਹੜੇ ਪਾਊਡਰ ਜਿਹੜੇ ਬੀਬੀਆਂ ਨੇ ਲਾਉਂਦੀਆਂ ਉਹ ਵੀ ਲਾਉਂਦੇ ਦਵਾਨਾਂ ਤੋਂ ਪਹਿਲਾਂ ਰੰਗ ਬਰੰਗੀਆਂ ਇਹਨਾਂ ਦੇ ਦਸਤਾਰਾ ਪੁੰਨਾ ਵਾਲੇ ਇਹਨਾਂ ਦੇ ਚੋਲੇ ਕੜਮੀਆਂ ਇਹਨਾਂ ਦੀਆਂ ਜੁੱਤੀਆਂ ਇਹ ਇਹਨਾਂ ਦਾ ਹਾਲ ਐ ਪੇਖੀ ਸਾਧਾਂ ਦਾ ਤੇ ਸਾਧ ਭਾਜੀ ਚੰਗੇ ਵੀ ਬਹੁਤ ਨੇ ਬਿਲਕੁਲ ਇੱਥੇ بڑے بڑے ਤਗੜੇ ਸੇਵਾ ਵਾਲੇ ਬੈਠੇ ਨੇ ਤੁਸੀਂ ਹਜੂਰ ਸਾਹਿਬ ਚੱਲ ਜੋ ਹਜੂਰ ਸਾਹਿਬ ਦੀ ਨਿੰਦਿਆ ਕਰਦੇ ਆ ਨਾ ਇਹ ਬੰਦੇ ਇਹ ਕਹਿੰਦੇ ਜੀ ਉੱਥੇ ਬੱਕਰੇ ਝਟਕਾਉਂਦੇ ਆ ਇਹ ਕਰਦੇ ਉਹ ਕਰਦੇ ਸਾਰੀਆਂ ਚੀਜ਼ਾਂ ਇੱਕ ਪਾਸੇ ਕਰਕੇ ਨਾ ਉੱਥੇ ਮਾਪੁਰਖ ਵੀ ਬੈਠੇ ਆ ਮਾਪੁਰਖ ਠੀਕ ਹੈ ਲੰਗਰ ਸਾਹਿਬ ਚੱਲ ਜੋ ਕਿਥੇ ਜੇ ਕਿਤੇ ਦਰਸ਼ਨ ਕਰਨੇ ਆ ਨਾ ਕਿਸ ਨੇ ਜਿਹੜੇ ਕਹਿੰਦੇ ਨੇ ਨਿੰਦਿਆ ਕਰਦੇ ਅੱਜ ਕਹਿੰਦੇ ਆ ਜਾ ਕੇ ਲੰਗਰ ਸਾਹਿਬ ਜਾ ਕੇ ਆਓ ਤੁਹਾਨੂੰ ਪਤਾ ਲੱਗ ਜੇਗਾ ਕਿ ਸੇਵਾ ਕੀ ਚੀਜ਼ ਹੁੰਦੀ ਹੈ ਭਾਜੀ ਇਹ ਨਿਹੰਗ ਸਿੰਘਾਂ ਦੇ ਦਿਵਾਲੇ ਹੋ ਜਾਂਦੇ ਆ ਨਾ ਹਾਂ ਨਿਹੰਗ ਸਿੰਘਾਂ ਨੂੰ ਉਹ ਕਹਿ ਦਿੰਦੇ ਜੀ ਇਹ ਕਰਦੇ ਉਹ ਕਰਦੇ ਆ ਨਿਹੰਗ ਸਿੰਘਾਂ ਦੇ ਨਾਲ ਇਹ 2 ਦਿਨ ਨਹੀਂ रह ਸਕਦੇ ਹਾਂ 2 ਦਿਨ ਨਹੀਂ ਰਹਿ ਸਕਦੇ ਉਹ ਵੀ ਜਿਹੜੇ ਜੈਨੂਨ ਨਿਹੰਗ ਸਿੰਘ ਨੇ ਬਿਲਕੁਲ ਜਿਹੜੇ ਜਿਹੜੇ ਬਹੁਤ ਨੇ ਜਿਹੜੇ ਦਲਾਂ ਦੇ ਨਾਲ ਤੁਰ ਰਹੇ ਹੁੰਦੇ ਆ ਨਾ ਜਿੱਦਾਂ ਤਰਨਾ ਦਲ ਦੇ ਹੋ ਕੇ ਬੁੱਢਾ ਦਲ ਦੇ ਜਿਹੜੇ ਥਾਂ ਥਾਂ ਪੜਾਕ ਕਰਦੇ ਆ ਭਾਜੀ ਮੈਂ ਤੁਹਾਨੂੰ ਆਪਣੀ ਅੱਖੀਂ ਵੇਖੀ ਗੱਲ ਦੱਸਦਾ ਵੀ ਮੇਰੇ ਨਾਨਕੇ ਪੜਾ ਹੁੰਦਾ ਨਯੰਗ ਸਿੰਘਾਂ ਦਾ ਜਿੱਦਾਂ ਉੱਥੇ ਪਚੰਗੀ ਸਿੰਘ ਰਹਿੰਦੇ ਆ ਨਾ ਸਿਆਲ ਦੇ ਵਿੱਚ ਸਿਰਫ ਉੱਤੋਂ ਦੀ ਕੰਬਲ ਤੇ ਥੱਲੇ ਚੋੜਾ ਲਤਾਂ ਨੰਗੀਆਂ ਨੰਗੇ ਪੈਰੀਓਂ ਤੁਰਦੇ ਆ ਭਾਜੀ ਕਿੰਨੀ ਪੋ ਪੋ ਮਤਲਬ ਜਨਵਰੀ ਫਰਵਿਚ ਕਿੰਨੀ ਠੰਡ ਹੁੰਦੀ ਆ ਬੰਦਾ ਰਹਿ ਨਹੀਂ ਸਕਦਾ ਅਸਲੀ ਸੇਵਾ ਤੇ ਉਹਨਾਂ ਦੀ ਹੈ ਪ੍ਰਚਾਰਕ ਪਤਾ ਕਿੱਥੋਂ ਚੁੱਕਦੇ ਆ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਤੋਂ ਗੱਲਾਂ ਨਹੀਂ ਚੁੱਕਣੀਆਂ ਇਹਨਾਂ ਨੇ YouTube ਤੇ ਕਹਾਣੀਆਂ ਦੇਖਣੀਆਂ ਉਹ ਹੀ ਤੁਹਾਨੂੰ ਕਹਿਣ ਕਹਾਣੀਆਂ ਚੁੱਕ ਕੇ ਤੇ ਉਹਨਾਂ ਦੇ ਵੀਡੀਓ ਬਣਾ ਕੇ ਪਾਉਂਦੇ ਜੋ ਜਮਾਨੇ ਦੇ ਮਤਲਬ ਲੁਚੇ ਗੀਤ ਗਾ ਛੜੇ ਨਾ ਗਾਇਕਾਂ ਨੇ ਜਿਹੜੇ ਉਹਨਾਂ ਦੀਆਂ ਤਰਜ਼ਾਂ ਚੁੱਕ ਕੇ ਚੋਰ ਬਿਲਕੁਲ ਹੈ ਇਹਨਾਂ ਨੂੰ ਕੋਈ ਸ਼ਰਮ ਗਿਆਨ ਦਾ ਸੋਮਾ ਆਇਆ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਬਿਲਕੁਲ ਬਿਲਕੁਲ ਹੈ ਇੱਕ ਸਾਧ ਉੱਠ ਕੇ ਕਹ ਦੇ ਹੱਥ ਖੜਾ ਕਰੇ ਕਿ ਮੈਂ ਗੁਰਗ੍ਰੰਥ ਸਾਹਿਬ ਦੀ ਸੰਥਿਆ ਲਈ ਹੈ ਬਿਲਕੁਲ ਇਹ ਭੇਖੀਆਂ ਚੋਂ ਇੱਕ ਕਹ ਦੇ ਬਿਲਕੁਲ ਅੱਜ ਤੁਸੀਂ ਟਕਸਾਲ 'ਚ ਪੜੇ ਹੋਏ ਕਿਸੇ ਸਿੰਘ ਨੂੰ ਕੋਈ ਸਵਾਲ ਕਰਕੇ ਦੱਸੋ ਉਹ ਤੁਹਾਨੂੰ ਗੁਰਮਤਿ ਅਨੁਸਾਰ ਠੱਡ ਦੇਣੀ ਜਵਾਬ ਦੇਊਗਾ ਬਿਲਕੁਲ ਠੀਕ ਹੈ ਤੇ ਇਹਨਾਂ ਸਾਧਾਂ ਨੂੰ ਪੁੱਛ ਲਓ ਇਹਨਾਂ ਨੇ ਕਿਹਾ ਨਿੰਦਕ ਫਿਰ ਵੇਖਿਓ ਭਾਜੀ ਜਿਹੜੇ ਜਿਹੜੇ ਪਚੰਗੀ ਸਿੰਘ ਅਦਾਲਤ ਚ ਰਹਿੰਦੇ ਆ ਨਾ ਉਹ ਮਤਲਬ ਜਦੋਂ ਸਵੇਰੇ ਸ਼ਾਮ ਨਿਤਨੇਮ ਹੁੰਦਾ ਨਾ ਰਾਰਾ ਸਾਹਿਬ ਦਾ 파ਟ ਹੁੰਦਾ ਜਰਜੀਤ ਸਾਹਿਬ ਪੰਜਾਂ ਬਾਣੀਆਂ ਦਾ ਭਾਜੀ ਉਹਨਾਂ ਨੂੰ ਉਹ ਘੋੜਿਆਂ ਨੂੰ ਪੱਠਾ ਢੱਥਾ ਪਾਉਂਦਿਆਂ ਉਹ ਉਹਨਾਂ ਦੀ ਸੇਵਾ ਕਰਦੇ ਆ ਘੋੜਿਆਂ ਦੀ ਉਹਨਾਂ ਨੂੰ ਉਦਾਂ ਹੀ ਕੰਠੋ ਹੋ ਜਾਂਦਾ 파ਟ ਹੋਰ ਬਾਣੀ ਵੀ ਇੰਨੀ ਉਨਰੋਲ ਪੜ੍ਹਦੇ ਆ ਕੋਈ ਕਹਿਣ ਦੀ ਗੱਲ ਨਹੀਂ ਤੇ ਇਹਨਾਂ ਨੂੰ ਪੁੱਛ ਲਓ ਇਹਨਾਂ ਨੇ ਬਾਹਰ ਜਾਣ ਵਾਸਤੇ ਨਾ ਟਕਸਾਲ ਤੋਂ ਤਰਲੇ ਮਾਰ-ਮਾਰ ਕੇ ਕੋਈ ਸ਼ਿਫਾਰਸ਼ਾਂ ਕੱਢ ਕੇ ਤੇ ਜਾਲੀ ਸਰਟੀਫਿਕੇਟ ਬਣਾਏ ਹੁੰਦੇ ਮਿਸ਼ਨਰੀ ਕਾਲਜ ਅਧਿਆ ਸਾਧਾਂ ਤੋਂ ਵੱਧ ਦੇ ਮਿਸ਼ਨਰੀ ਕਾਲਜ ਚੋਂ ਪ੍ਰਚਾਰਕ ਦੇ ਸਰਟੀਫਿਕੇਟ ਬਣੇ ਆ ਜੇ ਕੋਈ ਹਮਾਈਦਾਨਾਲ ਹੈ ਨਾ ਸਾਧ ਕੋਈ ਜਿਹੜਾ ਮੇਰੀ ਗੱਲ ਝੂਠੀ ਕਰ ਸਕੇ ਤੇ ਮੈਂ ਉਹਨੂੰ ਸਬੂਤ ਦਵਾਂਗਾ ਮਿਸ਼ਨਰੀ ਕਾਲਜ ਮਿਸ਼ਨਰੀ ਕਾਲਜ ਦਾ ਵਿਰੋਧ ਕਰਦੇ ਆ ਤੇ ਮਿਸ਼ਨਰੀ ਕਾਲਜ ਤੋਂ ਸਰਟੀਫਿਕੇਟ ਬਣਾਏ ਆ ਸਾਡੇ ਇੱਥੇ ਲੱਗੇ ਕਿ 40 ਜਨਰਲ ਨਰ ਨਰ ਕਰਕੇ ਬਾਬਾ ਉਹਦਾ ਕੰਮ ਹੀ ਸਰਟੀਫਿਕੇਟ ਬਣਾਉਣਾ ਠੀਕ ਹੈ ਪਤਾ ਨਹੀਂ ਕਿੰਨੇ ਕੁ ਬਾਬਿਆਂ ਨੂੰ ਨੇ ਸੇ ਮੈਨੂੰ ਪਤਾ ਇਹਨੂੰ ਇਹ ਵੀਡੀਓ ਸੁਣ ਕੇ ਮਰਚਾਂ ਬੜੀਆਂ ਲੱਗਣੀਆਂ ਫਿਰ ਉਹਦੇ ਮੈਂ ਤੁਹਾਨੂੰ ਪੋਸਟਰ ਵੀ ਦਿਖਾਉਂਗਾ ਕਿ ਕਿਦਾਂ-ਕਿਦਾਂ ਦੇ ਪੋਸਟਰ ਪਾਏ ਆ ਤੇ ਉਹ ਸਰਟੀਫਿਕੇਟ ਵੇਚਦੇ ਇੱਕ ਤਰੀਕੇ ਨਾਲ ਪ੍ਰਚਾਰਕਾਂ ਨੂੰ ਸਰਟੀਫਿਕੇਟ ਬਣਾਕ ਦਿੰਦੇ ਜੀ ਇਹਨੇ ਸਾਡੇ ਕੋਲ ਇੱਥੇ ਕੀਰਤਨ ਸਿੱਖਿਆ ਤਬਲਾ ਸਿੱਖਿਆ ਸੰtheta ਕੀਤੀ ਆ ਇਹਨਾਂ ਦੀਆਂ ਕਰਤੂਤਾ ਨੇ ਇਹ ਕਾਦੇ ਬਾਬੇ ਨੇ ਇਹ ਸਿੱਖੀ ਦੇ ਪਾਰਟ ਨਹੀਂ ਹੈਗੇ ਭਾਜੀ ਇਸ ਇਹਦੇ ਨਾਲ ਸਿੱਖੀ ਬਦਨਾਮ ਨਹੀਂ ਹੋ ਰਹੀ ਜਿਹੜਾ ਸਿੱਖਾਂ ਦੇ ਨਾਂ ਤੇ ਜਿਹੜਾ ਲੋਕਾਂ ਨੂੰ ਲੁੱਟਦੇ ਆ ਨਾ ਜਿਹੜਾ ਗੰਦ ਪਾਇਆ ਉਹ ਇੱਕ ਸਾਫ਼ ਕਰਨ ਦੀ ਇੱਕ ਕੋਸ਼ਿਸ਼ ਕਰ ਰਹੇ ਆ ਬਸ ਆਪਾਂ ਇਹੋ ਹੀ ਸਾਡਾ ਇੱਕ ਮਕਸਦ ਆ ਫਿਰ ਮਤਲਬ ਜੀਵਨ ਜਾਚ ਸਿਖਾਉਂਦੇ ਆ ਜੀ ਜ਼ਿੰਦਗੀ ਐਦਾਂ ਜਿਉਣੀ ਚਾਹੀਦੀ ਮੈਂ ਜਿਹੜੀ ਮੇਰੀ ਪਰਸਨਲ ਥਿੰਕਿੰਗ ਆ ਨਾ ਕਿ ਜੀਵਨ ਜਾਚ ਤੁਹਾਨੂੰ ਦੱਸਾਂ ਗੁਰੂਆਂ ਤੋਂ ਤੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕੋਈ ਨਹੀਂ ਦੱਸ ਸਕਦਾ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ 52 ਹੁਕਮਾਂ ਨਾ ਜਿਹੜੇ ਉਹਨਾਂ ਨੂੰ ਪੜ ਲਓ ਨਾ ਤੇ ਭਾਜੀ ਸਾਰੀ ਜਿਹੜੀ ਜ਼ਿੰਦਗੀ ਚੰਗੀ ਜ਼ਿੰਦਗੀ ਜਿਉਣ ਦੀ ਨਿੰਦਿਆ ਨਹੀਂ ਕਰਨੀ ਹੂੰ ਤਾਮ ਤੋਂ ਬਚ ਕੇ ਰਹਿਣਾ ਬਾਣੀ ਪੜਨੀ ਠੀਕ ਆ ਝੂਠੀਆਂ ਸੋਹਾਂ ਨਹੀਂ ਖਾਣੀਆਂ ਸਾਰਾ ਕੁਝ ਹੀ ਆ ਜਾਂਦਾ ਹੋਰ ਚੰਗੀ ਜ਼ਿੰਦਗੀ ਕੀ ਹੁੰਦੀ ਆ ਮੈਂ ਕਹਾਂ ਭਾਜੀ ਇੱਕ ਸਾਰੇ ਜਦੋਂ ਐ ਇਹ ਠੱਗ ਸਾਧ ਚੋਲੇ ਭਾਵਾ ਕੇ ਡੇਡੇ ਵੱਡੇ ਜਾਂਦੇ ਨਾ ਵਿਦੇਸ਼ਾਂ ਚ ਪ੍ਰਚਾਰ ਕਰਨ ਠੀਕ ਹੈ ਤੇ ਫਿਰ ਲੋਕੀ ਕਹਿੰਦੇ ਜੀ ਲੈ ਮਹਾਪੁਰਖ ਦੇ ਉੱਤੇ ਪ੍ਰਚਾਰ ਕਰਨ ਗਏ ਉੱਥੇ ਸਿੱਕੀ ਦਾ ਪ੍ਰਚਾਰ ਕਰਨ ਗਏ ਕੈਨੇਡਾ ਅਮਰੀਕਾ ਯੂਰਪ ਮੈਂ ਕਹਿੰਨਾ ਕੋਈ ਸਾਧ ਕੋਈ ਮੈਦਾ ਲਾਲ ਸਾਧ ਜੇ ਕਿ ਸਾਧ ਦੇ ਵਿੱਚ ਹਿੰਮਤ ਹੈ ਨਾ ਪਖੰਡੀ ਚ ਠੀਕ ਹੈ ਮੇਰੀ ਇੱਕ ਗੱਲ ਦਾ ਜਵਾਬ ਦੇ ਦੇ ਕਿ ਤੁਸੀਂ ਕਦੇ ਅਫਗਾਨਿਸਤਾਨ ਪ੍ਰਚਾਰ ਕਰਨ ਗਏ ਹਾਂ ਕਦੇ ਪਾਕਿਸਤਾਨ ਪ੍ਰਚਾਰ ਕਰਨ ਗਏ ਹੋ ਬਲੂਚਿਸਤਾਨ ਪ੍ਰਚਾਰ ਕਰਨ ਗਏ ਹੋ ਬਿਲਕੁਲ ਅਰਬ ਕੰਟਰੀਆਂ ਚ ਪ੍ਰਚਾਰ ਕਰਨ ਗਏ ਹੋ ਉੱਥੇ ਸਿੱਖ ਨਹੀਂ ਮਾਰਦੇ ਇੱਥੇ ਆਪਣੇ ਮੱਕੇ ਮਦੀਨੇ ਠੀਕ ਹੈ ਉੱਥੇ ਪ੍ਰਚਾਰ ਕਰਨ ਗਏ ਹੋ ਗੁਰੂ ਗੋਬਿੰਦ ਸਿੰਘ ਜੀ ਉੱਥੇ ਨਹੀਂ ਗਏ ਬਿਲਕੁਲ ਤੁਸੀਂ ਪ੍ਰਚਾਰ ਕਰਨ ਗਏ ਹੋ ਕਿਉਂ ਉੱਥੇ ਪੈਸੇ ਨਹੀਂ ਮਿਲਨੇ ਨਹੀਂ ਮਿਲਦੇ ਉੱਥੇ ਉਹ ਕੰਟਰੀਆਂ ਜਾਣਾ ਜਿਨ੍ਹਾਂ ਦੇ ਰੇਟ ਚੜੇ ਨੇ ਤਾਂ ਜਿੱਥੇ ਪੈਸੇ ਮੋٹے ਮਿਲਦੇ ਆ ਜੇ ਕੋਈ ਸਾਧ ਹੈਗਾ ਨਾ ਸੱਚਾ ਸੋਚਾ ਕੋਈ ਸੂਰਮਾ ਮੈਨੂੰ ਹੱਥ ਖੜਾ ਕਰਕੇ ਦੱਸੇ ਅੱਜ ਦੇ ਸਮੇਂ ਚ ਕਿਹੜਾ ਜਾ ਰਿਹਾ ਪਾਕਿਸਤਾਨ ਪ੍ਰਚਾਰ ਕਰਨ ਪਾਕਿਸਤਾਨ ਇੱਕ ਗੁਰਦੁਆਰਾ ਬਿਲਕੁਲ ਕਿੰਨੇ ਗੁਰਦੁਆਰੇ ਨੇ ਬਿਲਕੁਲ ਠੀਕ ਹੈ ਉੱਥੇ ਇੱਕ ਦਾ ਬੰਦਾ ਉਹ ਵੀ ਸੈਰ ਕਰਨੀ ਗਿਆ ਕੋਈ ਦੱਸੇ ਕਿ ਮੈਂ دیਵਾਨ ਲਾਉਣ ਗਿਆ ਜੀ ਉੱਥੇ دیਵਾਨ ਲਾ ਕੇ ਆਇਆ ਅਫਗਾਨਿਸਤਾਨ ਦੱਸੇ ਕੋਈ ਬਿਲਕੁਲ ਕਿੰਨੇ ਗੁਰਦੁਆਰਾ ਸਾਹਿਬ ਨੇ ਪਹਿਲੇ ਪਾਸ਼ਾ ਜੀ ਦਾ ਗੁਰਦੁਆਰਾ ਹਾਂ ਤੇਜੀ ਪਾਸ਼ਾਈ ਚੌਥੀ ਪਾਸ਼ਾਈ ਉੱਥੇ دیਵਾਨਾਂ ਦੀ ਲੋੜ ਹੈ ਜਿੱਥੇ ਤੁਸੀਂ ਜਾਣਦੇ ਉੱਥੇ ਤੇ ਪੈਸੇ ਇਕੱਠੇ ਕਰਨ ਜਾਂਦੇ ਹੋ ਤੁਹਾਡੀਆਂ ਗੰਦੀਆਂ ਨੀਤਾਂ ਤੁਹਾਡੇ ਮਨਾਂ 'ਚ ਮੈਲ ਭਰੀ ਆ ਪੈਸੇ ਇਕੱਠੇ ਕਰਨ ਜਾ ਰਹੇ ਹੋ ਤੁਸੀਂ ਜਾਓਂ ਹਾਂ ਪਾਕਿਸਤਾਨ ਅਫਗਾਨਿਸਤਾਨ ਜਾਓਂ ਹਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿੱਥੋਂ ਤੱਕ ਰਿਹਾ ਸੀ ਜੇ ਤੁਹਾਡੇ 'ਚ ਜ਼ਰੂਰਤ ਹੈ ਉੱਥੇ ਜਾ ਕੇ ਤੁਸੀਂ ਦਿਵਾਨ ਲਾਓ ਤੁਹਾਡੀ ਔਕਾਤ ਪਤਾ ਲੱਗ ਜੂਗੀ ਦੇਖ ਲਾਂਗੇ ਤੁਸੀਂ ਕਿੱਡੇ ਵੱਡੇ ਪ੍ਰਚਾਰਕ ਹੋ ਇੱਥੇ ਜਿਹੜਾ ਸਿੱਖੀ ਦਾ ਪਹਿਲਾ ਹੀ ਫਲਾਹਬੜਾ ਉੱਥੇ ਤੁਸੀਂ ਜਾਂਦੇ ਹੋ ਪੈਸੇ ਇਕੱਠੇ ਕਰਨ ਹੋਰ ਇਹਨਾਂ ਨੂੰ ਕੋਈ ਕੰਮ ਨਹੀਂ ਉੱਥੇ ਫਿਰ ਤੁਸੀਂ ਇਹ ਵੇਖੋ ਜਿਹੜੇ ਉਹ ਸਿੱਖ ਬਲੌਗਰ ਆ ਇੱਕ ਨਿਸ਼ਾਨ ਸਿੰਘ ਭਾਈ ਨਿਸ਼ਾਨ ਸਿੰਘ ਸਟੇਜ ਜਾਂਦਾ ਨਾ ਸਾਰੀ ਜਗ੍ਹਾ ਬਿਲਕੁਲ ਜਾਂਦਾ ਕਿੰਨੀ ਸੋਹਣੀ ਤਰੀਕੇ ਦੇ ਨਾਲ ਉਹ ਮਤਲਬ ਉਹ ਸਾਰੀ ਡਿਟੇਲ ਦੇ ਨਾਲ ਕਰਦਾ ਮੈਂ ਕਿ ਹਰ ਜਗ੍ਹਾ ਗਿਆ ਉਹ ਬਾਣਾ ਪਾ ਕੇ ਇੱਕ ਤਰੀਕੇ ਨਾਲ ਉਹ ਵੀ ਸਿੱਖੀ ਦਾ ਪ੍ਰਚਾਰ ਹੀ ਹੋ ਜਾਂਦਾ ਪਤਾ ਲੈਂਦਾ ਰੱਬ ਵਾਸਤਾ ਹੀ ਉਹਦੇ ਵਿੱਚ ਹਾਂ ਜੇ ਕਦੇ ਮਤਲਬ ਕਿ ਇਹ ਬੰਦੇ ਨੂੰ ਕਹਿਣਾ ਹੋਵੇ ਕਿ ਸੰਤ ਦਾ ਰੂਪ ਕੀ ਆ ਮੈਂ ਕਹਿੰਦਾ ਉਹ ਚਾਹੇ ਉਹ ਨਾਮ ਮੰਨਣ ਉਹਨਾਂ ਨੇ ਕਹਿਣਾ ਮੈਂ ਨਿਮਾਣਾ ਸਿੱਖਿਆ ਅਸਲੀ ਸੇਵਾ ਤੇ ਉਹ ਨਾ ਕੱਲ ਵੀ ਉਹਨਾਂ ਦੀ ਵੀਡੀਓ ਦੇਖ ਰਿਆ ਸੀ ਉਹ ਮਹਾਰਾਜ ਜੀ ਦਲੀਪ ਸਿੰਘ ਹਾਂ ਉੱਥੇ ਜਾ ਕੇ ਮੈਂ ਵੇਖੀ ਅੱਜ ਬਿਲਕੁਲ ਉੱਥੇ ਜਾ ਕੇ ਆਏ ਆ ਯਾਰ ਤੁਸੀਂ ਕੀ ਪ੍ਰਚਾਰ ਕਰਨ ਦੇ ਤੁਸੀਂ ਦੱਸੋ ਦੇਣ ਕੀ ਤੁਹਾਡੀ ਕੋਲ ਮੈਂ ਕਹਿੰਦਾ ਇਹਨਾਂ ਨੂੰ ਚੰਗਾ ਤੇ 바ਵਾ ਹਾਂ ਇਹਨਾਂ ਇਹਨਾਂ ਦਾ ਪਿਸ਼ਾਪ ਨਿਕਲ ਜਾਂਦਾ ਸਿੱਖ ਰਾਜ ਦੀ ਗੱਲ ਕਰਨ ਲੱਗੇ ਇਹਨਾਂ ਦਾ ਪਿਸ਼ਾਪ ਨਿਕਲ ਜਾਂਦਾ ਕਰ ਨਹੀਂ ਸਕਦਾ ਕੋਈ ਚੈਨਲ ਤੇ ਤੁਸੀਂ ਉਹ ਵੀਡੀਓ ਦੇਖਿਓ ਤੁਹਾਨੂੰ ਸਿੱਖ ਰਾਜ ਦਾ ਪਤਾ ਲੱਗੂਗਾ ਸਿਖ ਰਾਜ ਦਾ ਪਰਸੈਪਸ਼ਨ ਹੀ ਬਦਲਦੀ ਭਾਜੀ ਸਿਖ ਰਾਜ ਉਹ ਸਿਖ ਰਾਜ ਹੀ ਵੀ ਜਿਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕਰਾਇਮ ਨਹੀਂ ਹੁੰਦਾ ਸਾਰੇ ਧਰਮ ਮਿਲ ਕੇ ਰਹਿੰਦੇ ਬਿਲਕੁਲ ਕਿ ਇਹ ਥੋੜੀ ਕਿ ਜਿਹੜਾ ਮਿਜੋਰਿਟੀ ਵਾਲਾਈ ਤੇ ਉਹ ਮਿਨੋਰਿਟੀ ਵਾਲੇ ਨੇ ਦਾੜੀਆਂ ਫੜਫੜ ਕਹਿੰਦਾ ਸੀ ਕਿ ਲਾ ਮੇਰੇ ਰੱਬ ਦੇ ਨਾਂ ਦੇ ਨਾਰੇ ਹੂੰ ਹੋ ਜਾਣਾ ਜੂਪੀ ਦੇ ਵਿੱਚ ਉਹ ਕਿਹੜਾ ਮੁਸਲਮਾਨ ਮੁੰਡਾ ਵੀ ਉਹਦੀਆਂ ਦਾੜੀਆਂ ਫੜ ਕੇ ਉਹਨੂੰ ਕਹਿੰਦਾ ਸੀ ਬੋਲ ਇਦਾਂ ਹੂੰ ਤੇ ਆ ਇਹ ਇਹ ਗੱਲਾਂ ਥੋੜੀ ਇਹਨਾਂ ਨੇ ਕਰਦਾ ਇਹ ਕਰ ਨਹੀਂ ਸਕਦੇ ਇਹਨਾਂ ਦੀ ਔਕਾਤ ਨਹੀਂ ਆ ਇਹਨਾਂ ਦਾ ਡੀਐਨਏ ਇਸ ਚੀਜ਼ ਦੇ ਅੱਗੇ ਨਹੀਂ ਦਿੰਦਾ ਕਿਉਂਕਿ ਇਹ ਬੁੱਝਦਿਲ ਲੋਕ ਨੇ ਇਹ ਦਬਦੇ ਨੂੰ ਦਬਾਉਂਦੇ ਆ ਤੇ ਜਿਹੜਾ ਇਹਨਾਂ ਦੇ ਉੱਤੇ ਚੜਦਾ ਉਹਦੇ ਕੋਲ ਫਿਰ ਮਾਫੀਆਂ ਮੰਗਦੇ ਆ ਭਾਜੀ ਇਹਨਾਂ ਦੇ ਨਾਲ ਜਿਹੜੇ ਬੰਦੇ ਰਹਿੰਦੇ ਉਹਨਾਂ ਦੇ ਪੈਸੇ ਮਾਰੇ ਆ ਆਉਂਦੇ ਦਿਨਾਂ 'ਚ ਮੈਂ ਚੰਡੀਗੜ੍ਹ ਦੇ ਇੱਕ ਸਾਥ ਐਕਸਪੋਜ਼ ਕਰਨ ਲੱਗਾ ਠੀਕ ਹੈ ਵਿਧ ਪ੍ਰੂਫ ਉਹਨੇ ਜਥੇ ਵਾਲਿਆਂ ਨੇ ਪੈਸੇ ਨਹੀਂ ਦਿੱਤੇ ਜਿਹੜੇ ਲੋਕ ਗਰੀਬ ਵਿਚਾਰੇ ਜਿਨ੍ਹਾਂ ਦਾ ਰੋਟੀ ਪਾਣੀ ਨਹੀਂ ਚੱਲਦਾ 2-3000 ਤੇ ਉਹਨਾਂ ਨੂੰ ਪੈਸੇ ਨਹੀਂ ਦਿੰਦੇ ਐਡੇ ਜੁੱਤੀਆਂ ਤੋਂ ਕੱਚੇ ਆ ਇਹਨਾਂ ਨੂੰ ਛਤਰਾਂ ਦੀ ਘਾਟ ਨਾ ਗਈ ਤੇ ਹੋਰ ਇਹਨਾਂ ਨੂੰ ਕੀ ਕਹੀਏ ਪਿੱਛੇ ਉਹ ਥਲੀ ਨੇ ਵੀਡੀਓ ਪਾਈ ਨਾ ਇੱਕ ਕਿ ਉਹ ਮਤਲਬ ਉਹ ਬੰਦੇ ਦੀਆਂ ਲੱਤਾਂ ਆ ਗਈਆਂ ਖਰਾਬ ਹੋ ਗਈਆਂ ਉਹ ਬੰਦਾ ਦਾਸਾ ਵਾਲੇ ਕਸਾਦ ਦੇ ਨਾਲ ਮਤਲਬ ਸਮਾਗਮਾਂ ਤੇ ਜਾਂਦਾ ਰਿਹਾ ਤੇ ਉਹਦਾ ਫੋਨ ਚੁੱਕਣੇ ਬੰਦ ਹੋ ਗਿਆ ਜਦੋਂ ਮਤਲਬ ਤੇਰਾ ਸਿਰ ਹਿਲਦਾ ਹੀ ਜਾਣਾ ਉਹ ਗਾਣੇ ਦੇ ਤਰ੍ਹਾਂ ਜਿਹਦੇ ਤੇਰੇ ਤੇ ਲੋਕੀ ਮਤਲਬ ਪੈਸੇ ਸੜ ਸੜ ਮੱਥਾ ਟੇਕਦੇ ਸੀ ਉਦੋਂ ਢੋਲਕੀ ਛਾਣੇ ਵਾਲਾ ਬਾਬਾ ਠੀਕ ਹੀ ਤੇ ਜਦੋਂ ਉਹਦੀ ਲੋੜ ਹੀ ਤੇ ਉਹਦੀ ਕਿਸੇ ਨੇ ਬਾਣੀ ਫੜੀ ਇੰਨਾ ਜਿਆਦਾ ਇਹਨਾਂ ਨੇ ਬੇੜਾ ਕਰਕੇ ਕੀਤਾ ਇਹਨਾਂ ਨੂੰ ਘਾਟ ਬਾਰ ਬਾਰ ਕਹੂੰਗਾ ਇਹਨਾਂ ਨੂੰ ਛਤਰਾਂ ਦੀ ਘਾਟ ਆ ਇਹਨਾਂ ਨੂੰ ਬਿਲਕੁਲ ਚੋਗਾ ਨਾ ਪਾਓ ਇਹਨਾਂ ਨੂੰ ਡਾਲਰ ਨਾ ਦਿਓ ਜਿਹੜਾ ਅਮਰੀਕਾ ਕੈਨੇਡਾ ਯੂਰਪ ਨਿਊਜ਼ੀਲੈਂਡ ਆਸਟ੍ਰੇਲੀਆ ਵੱਡੀਆਂ ਕੰਟਰੀਆਂ ਚ ਕੋਈ ਸਾਧ ਪ੍ਰਚਾਰ ਕਰਨ ਜਾਂ ਉਹਨੂੰ ਮੂੰਹ ਦਿਖਾਓ ਅਫਗਾਨਿਸਤਾਨ ਦਾ ਪਾਕਿਸਤਾਨ ਦਾ ਜਿੱਥੇ ਪ੍ਰਚਾਰ ਦੀ ਲੋੜ ਆ ਉਹਨੂੰ ਕਹੋ ਜਾਂ ਕੁਵੈਤ ਜਾ ਜਾ ਕੇ ਉਹਨੂੰ ਕਹੋ ਜਾਂ ਸਾਊਦੀ ਅਰਬ ਜਾ ਜਾ ਕੇ ਪ੍ਰਚਾਰ ਕਰ ਜਿੱਥੇ ਪ੍ਰਚਾਰ ਦੀ ਲੋੜ ਆ ਠੀਕ ਹੈ ਉੱਥੇ ਦੇ ਜਾਂਦੇ ਨਹੀਂ ਪਤਾ ਜਿੱਥੇ ਡਾਲਰ ਮਿਲਨੇ ਉੱਥੇ ਇਹਨਾਂ ਸਾਧਾ ਨੇ ਜਾਣਾ ਇਹਨਾਂ ਦੀ ਔਕਾਤ ਹੀ ਇਹੋਈ ਹੈ ਫਿਰ ਭਾਜੀ ਸਿੱਖ ਸੰਗਤਾਂ ਨੂੰ ਇਹ ਵੀ ਅਪੀਲ ਆ ਜਿਨ੍ਹਾਂ ਦੇ ਕੋਲੇ ਚਾਰ ਪੈਸੇ ਹੈਗੇ ਹਨਾ ਜੇ ਤੁਸੀਂ ਸਿੱਖ ਪ੍ਰਚਾਰਕ ਨੂੰ ਸਦਣਾ ਉਹ ਪ੍ਰਚਾਰਕ ਨੂੰ ਸਦੋ ਜਿੰਨੂੰ ਗੁਰਬਾਣੀ ਦਾ ਪੂਰਾ ਗਿਆਨ ਹੈ ਦੂਸਰਾ ਤੁਸੀਂ ਕਈ ਮਤਲਬ ਜਿਹੜੇ ਸਿੱਖ ਵੀਰ ਭਰਾ ਜਿਹੜੇ ਸਿੱਖ ਪਾਠੀ ਆ ਉਹਨਾਂ ਨੇ ਗੁਰਬਾਣੀ ਦੀ ਸੰਥਿਆ ਲਈ ਆ ਤੁਸੀਂ ਉਹਨਾਂ ਦੇ ਵਿਝੇ ਲਵਾਓ ਬੱਚਿਆਂ ਨੂੰ ਗੁਰਬਾਣੀ ਪੜ੍ਹਨੀ ਸਿਖਾਓ ਉਹਨਾਂ ਦੇ ਅਰਥ ਕਰਾਉਣੇ ਸਿਖਾਓ ਜਦੋਂ ਉਹਨਾਂ ਨੂੰ ਅਰਥ ਆ ਗਏ ਜ਼ਿੰਦਗੀ ਆਪੇ ਹੀ ਭਾਜੀ ਸਫਲ ਹੋ ਜੇਣੀ ਇਹਨਾਂ ਨੇ ਇਹਨਾਂ ਨੇ ਸਾਧਨ ਕੀ ਦੱਸਣਾ ਇਹਨਾਂ ਨੇ ਕਹਣਾ ਜਾਪ ਕਰਿਆ ਕਰੋ ਬਸ ਮੂਲ ਮੰਤਰ ਦਾ ਜਾਪ ਕਰਿਆ ਕਰੋ ਜਾਂ ਫਿਰ ਇਹ ਮਤਲਬ ਬਾਕੀ ਸਾਰੀ ਬਾਣੀ ਇਹਨਾਂ ਨੇ ਪੜਨ ਦੇਣੀ ਹੀ ਨਹੀਂ ਕਿਸੇ ਨੂੰ ਜਾਂ ਫਿਰ ਇਹਨਾਂ ਨੇ ਫਿਰ ਕਹਿ ਦੇਣਾ ਸੰਪਟ ਲਾ ਦਿਆ ਕਰੋ ਜੀ ਮੂਲ ਮੰਤਰ ਦੇ ਨਾਲ ਜਾਂ ਫਿਰ ਇਹ ਕਹਿ ਦਿੰਗੇ ਵੀ ਰਸੋਈ ਨਹੀਂ ਕਹਿਣਾ ਕਿਚਨ ਨਹੀਂ ਕਹਿਣਾ ਕਿਚਨ ਕਿਚ ਕਿਚ ਕਰ ਹਾਂ ਤੇ ਸਭ ਤੋਂ ਵੱਧ ਇਹਨਾਂ ਦੇ ਘਰ ਚ ਕਿਚ ਕਿਚ ਹੁੰਦੀ ਜੇ ਮੈਂ ਕਿਹਾ ਇਹੋ ਜੇ ਸਾਡਾ ਨੂੰ ਘਰੋਂ ਬੁਰਕੀ ਨਹੀਂ ਪਹਿਲੀ ਜਿਹੜੀ ਕਿਚਨ ਨੂੰ ਕਹਿੰਦੇ ਆ ਨਾ ਕਿਚਨ ਕਿਚ ਰਸੋਈ ਕਹੋ ਜੀ ਰਸੋਈ ਰਸੋਂ ਤੋਂ ਆਊਗਾ ਇਹ ਤੈਨੂੰ ਸਭ ਤੋਂ ਵੱਧ ਤੇ ਸ਼ਤਰ ਆਪਣੀ ਰਸੋਈ ਚ ਪੈਂਦੀ ਆ ਤੇ ਤੂੰ ਲੋਕਾਂ ਨੂੰ ਗੱਲ ਕਹਿਣ ਚੋਗਾ ਹੈਗਾ ਇਹ ਹਾਲ ਨੇ ਸੋ ਦੋਸਤੋ ਸਾਡਾ ਦੇ ਬਾਕੀ ਸਾਡਾ ਮਕਸਦ ਨਹੀਂ ਆ ਸਿੱਖੀ ਨੂੰ ਬਦਨਾਮ ਕਰਨਾ ਸਾਡਾ ਮਕਸਦ ਆ ਸਿੱਖੀ ਦੇ ਵਿੱਚੋਂ ਗੰਦ ਬਾਹਰ ਕੱਢਣਾ ਜਿੰਨਾ ਚਿਰ ਇਹ ਸਵਾਸ ਚੱਲਦੇ ਆ ਇਨਾ ਗੰਦ ਸਾਧਾ ਨਾਲ ਆਪਾਂ ਕੋਈ ਸਮਝੌਤਾ ਨਹੀਂ ਕਰਨਾ ਕੋਈ ਸਮਝੌਤਾ ਨਹੀਂ ਕਰਨਾ ਇੱਕ ਮੇਰੇ ਵੀਰ ਕਈ ਸਵਾਲ ਕਰਦੇ ਕਿ ਪਹਿਲਾਂ ਤੁਸੀਂ ਸਾਧ ਦਾ ਪ੍ਰੋਪਰ ਨਾਂ ਲੈਂਦੇ ਸੀ ਸਾਧਾਂ ਦੇ ਨਾਲ ਲੈਂਦੇ ਹੁਣ ਤੁਸੀਂ ਨਹੀਂ ਲੈ ਰਹੇ ਹਾਂ ਸੋ ਸੰਗਤ ਜੀ ਬਹੁਤ ਜਲਦੀ ਉਦਾਂ ਹੀ ਨਾਮ ਲਏ ਜਾਣਗੇ ਕੁਸ਼ਕ ਕੋਰਟ ਦੀਆਂ ਕੰਡੀਸ਼ਨਾਂ ਲੱਗੀਆਂ ਹੋਈਆਂ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਚੈਨਲ ਬਿਲਕੁਲ ਬੰਦ ਹੋ ਕੇ ਤੇ ਸਾਡੀ ਮੁਹਿੰਮ ਜਿਹੜੀ ਆ ਰੁਕ ਜੇ ਕੁਸ਼ਕ ਕਿਉਂਕਿ ਸਾਰਿਆਂ ਬੰਦਿਆਂ ਨੂੰ ਪਤਾ ਮੈਂ ਕਿਹਦੀ ਗੱਲ ਕਰ ਰਿਹਾ ਹਰੇਕ ਨੂੰ ਪਤਾ ਹੈ ਮੈਂ ਕਿਹੜੇ ਸਾਧ ਨੂੰ ਟਾਰਗੇਟ ਕਰਨਾ ਹਾਂ ਸਿਰਫ ਮੂੰਹੋਂ ਸੁਣਨਾ ਹਾਂ ਹਾਂ ਸਿਰਫ ਤੁਸੀਂ ਮੂੰਹੋਂ ਸੁਣਨਾ ਚਾਹੁੰਦੇ ਹੋ ਉਹ ਤੁਹਾਡੀ ਰੀਜ਼ ਮੈਂ ਜ਼ਰੂਰ ਪੂਰੀ ਕਰਾਂਗਾ ਬਹੁਤ ਜਲਦ ਪ੍ਰੋਪਰ ਨਾਮ ਲੈ ਕੇ ਆਪਾਂ ਸਾਰੀਆਂ ਵੀਡੀਓ ਪਾਉਣੀਆਂ ਨੇ ਹੋਰ ਕਈ ਸਾਧਾਂ ਦੇ ਆਪਣੇ ਕੋਲ ਪੂਰੇ ਕੱਚੇ ਚਿੱਟੇ ਆ ਗਏ ਨੇ ਜਲਦੀ ਉਹਨਾਂ ਨੂੰ ਸਾਰਿਆਂ ਨੂੰ ਐਕਸਪੋਜ਼ ਕਰਾਂਗੇ ਮੈਂ ਤੁਹਾਨੂੰ ਸਾਰਿਆਂ ਦੇ ਹਿੰਟ ਦੇ ਦੇਣਾ ਮੈਂ ਕੱਲਾ ਕੱਲਾ ਸਾਧ ਦੱਸੂਗਾ ਕਿ ਕਿਹੜਾ ਕਿਹਦੇ ਨਾਲ ਭੱਜਿਆ ਠੀਕ ਹੈ ਕਿਹਦੇ ਡੇਰੇ 'ਚ ਕਿਹੜੀ-ਕਿਹੜੀ ਜਨਾਨੀ ਰਹਿੰਦੀ ਆ ਕਿਹੜਾ ਸਾਧ ਹਮਣ ਕਰਦਾ ਕਿਹੜਾ ਮੁਸਲਮਾਨ ਕੋਲ ਜਾਂਦਾ ਕੱਲੀਆਂ-ਕੱਲੀਆਂ ਚੀਜ਼ਾਂ ਸਾਰੀਆਂ ਦਵਾਂਗੇ ਤੁਹਾਨੂੰ ਫਤੇਗੜ ਸਾਹਿਬ ਦੇ ਇੱਕ ਜਿਹੜੇ ਮੁਸਲਮਾਨ ਫਕੀਰ ਨੇ ਜਿਹੜੇ ਇੱਕ ਆਪਣਾ ਗਰੁੱਪ ਪੈਦਾ ਕੀਤਾ ਨਾ ਸਾਡੇ ਵਿੱਚ ਸਾਧਵਾੜੇ ਆ ਉਹ ਵੀ ਬਹੁਤ ਜਲਦ ਐਕਸਪੋਜ਼ ਕਰਾਂਗੇ ਗੁਰੂ ਸਾਹਿਬ ਕਿਰਪਾ ਕਰਨ ਸਾਹ ਚੱਲਦੇ ਰੇ ਤੇ ਸਾਰਾ ਕੁਝ ਪੋਸੀਬਲ ਹੋਏਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜਿਹੜਾ ਸਿੱਖਾਂ ਦੇ ਵਿੱਚ ਗੰਦ ਭਰਿਆ ਪਿਆ ਜਿਹੜੇ ਆ ਸਾਧ ਨੇ ਗੰਦੇ ਸਾਧ ਨੇ ਜਿਨ੍ਹਾਂ ਨੇ ਅਸਲੀ ਮਹਾਂਪੁਰਖਾਂ ਨੂੰ ਬਦਨਾਮ ਕੀਤਾ ਬਹੁਤ ਜਲਦ ਆਪਾਂ ਸਾਰੇ ਕੌਮ ਦੇ ਵਿੱਚੋਂ ਬਾਹਰ ਕੱਢਨੇ ਨੇ